ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਜੱਤੀ ਲੇਵਲ ਬੁਟੀਕ ਤੇ। ਥੈਂਕ ਯੂ ਸੋ ਮੱਚ, ਤੁਸੀਂ ਸਾਡੇ ਕਲੈਕਸ਼ਨ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਜੀ। ਅੱਜ ਮੈਂ ਉਸੇ ਪਿਆਰ ਨੂੰ ਦੇਖਦੇ ਹੋਏ ਤੁਹਾਡੇ ਲਈ ਕੁਛ ਸਮਰ ਕਲੈਕਸ਼ਨ ਲੈ ਕੇ ਆਈ ਹਾਂ। ਸਭ ਤੋਂ ਪਹਿਲਾਂ ਜਿਹੜਾ ਸੂਟ ਹੈ ਕੋਟਨ ਦਾ ਸੂਟ ਹੈ ਜੀ, ਤੁਸੀਂ ਵੇਖੋ ਕਲਰ ਕੰਟਰਾਸਟ ਵੇਖੋ ਬਹੁਤ ਪਿਆਰਾ। ਇਹਦਾ ਜਿਹੜਾ ਸ਼ਰਟ ਹੈ ਜੀ ਫਲਾਰ ਦੇ ਉੱਪਰ ਆ, ਅਤੇ ਜਿਹੜੀ ਇਹਦੇ ਨਾਲ ਬੋਟਮ ਲਗਾਈ ਗਈ ਹੈ ਇਹ ਛੋਟੇ ਪ੍ਰਿੰਟ 'ਚ, ਤੁਸੀਂ ਦੇਖੋ ਕਿੰਨਾ ਪਿਆਰਾ ਕੱਪੜਾ ਜੀ। ਮੈਂ ਤੁਹਾਨੂੰ ਅੱਜ ਜਿਹੜੇ ਸੂਟ ਦਿਖਾਊਂਗੀ ਜੀ ਇਹਦੇ ਮੈਂ ਤੁਹਾਨੂੰ ਸਾਰਿਆਂ ਦੇ ਪ੍ਰਾਈਜ਼ ਨਾਲ ਨਾਲ ਦੱਸੂੰਗੀ, ਤਾਂ ਪਲੀਜ਼ ਜਿਹੜੀ ਤੁਸੀਂ ਵੀਡੀਓ ਆ ਪਲੀਜ਼ ਪੂਰੀ ਵੇਖਣਾ। ਜਿਹੜਾ ਇਹ ਸੂਟ ਆ ਜੀ ਇਹਦਾ ਪ੍ਰਾਈਜ਼ ਰਹੂਗਾ ਜੀ 800, ਅਤੇ ਇਹ ਸਟੱਫ ਬਹੁਤ ਪਿਆਰਾ, ਤੁਸੀਂ ਇਹਨੂੰ ਲੇਸਾਂ ਵਗੈਰਾ ਲਗਾ ਕੇ ਕਿਸੇ ਤਰ੍ਹਾਂ ਵੀ ਰੈਡੀ ਕਰਵਾ ਸਕਦੇ ਹੋ, ਅਤੇ ਦੁਪੱਟਾ ਤੁਸੀਂ ਆਪਣੀ ਚੋਇਸ ਦਾ ਕਰਵਾ ਸਕਦੇ ਹੋ ਜੀ। ਟਾਈ ਡਾਈ ਦੁਪੱਟਾ ਵੀ ਇਹਦੇ ਨਾਲ ਬਹੁਤ ਅੱਛਾ ਲੱਗੂਗਾ, ਤੁਸੀਂ ਨਹੀਂ ਉਹ ਚੀਜ਼ ਪਸੰਦ ਕਰਦੇ ਤਾਂ ਤੁਸੀਂ ਬੋਟਮ ਨਾਲ ਦਾ ਪਲੇਨ ਦੁਪੱਟਾ ਲੈ ਕੇ ਉਹਦੇ ਉੱਪਰ ਲੇਸਾਂ ਲਗਾ ਕੇ ਜਿਸ ਤਰ੍ਹਾਂ ਦੀ ਸ਼ਰਟ ਉੱਪਰ ਲੇਸ ਲਗਾਉਣੀ ਆ ਦੁਪੱਟੇ ਨੂੰ ਰੈਡੀ ਕਰ ਸਕਦੇ ਹੋ ਜੀ। ਦੁਪੱਟਾ ਤੁਸੀਂ ਆਪਣੀ ਚੋਇਸ ਦਾ ਕੋਟਨ, ਮਲਮਲ, ਕੋਟਾ ਡੋਰੀਆ, ਸੁਪਰਨੈੱਟ, ਜੋ ਵੀ ਤੁਸੀਂ ਤੁਹਾਡੀ ਚੋਇਸ ਆ ਉੱਦਾਂ ਦਾ ਲੈ ਸਕਦੇ ਹੋ। ਹਾਂਜੀ, ਨੈਕਸਟ ਸੂਟ ਆ ਜਿਹੜਾ ਆ ਵੀ ਦੇਖੋ ਜੀ ਬੜਾ ਪਿਆਰਾ ਕੰਟਰਾਸਟ ਆ, ਦੇਖੋ ਜੀ ਇਹਦੀ ਸ਼ਰਟ, ਸ਼ਰਟ ਦੇ ਨਾਲ ਬਲੈਕ ਸ਼ਰਟ ਆ ਜੀ, ਇਹਦੇ ਵਿੱਚ ਹਲਕੇ ਹਲਕੇ ਫਲਾਰ ਬਣੇ ਨੇ, ਅਤੇ ਇਹਦੇ ਨਾਲ ਕੰਟਰਾਸਟ ਦੇਖੋ ਸਲਵਾਰ ਦਾ ਕਿੰਨਾ ਪਿਆਰਾ ਜੀ। ਜਿਹੜੀ ਸਲਵਾਰ ਆ ਇਹ ਕੋਟਨ ਦੀ, ਤੁਸੀਂ ਦੇਖੋ ਸੈਲਫ ਲਾਈਨਿੰਗ ਆ ਇਹਦੇ ਵਿੱਚ, ਬਹੁਤ ਸੋਹਣਾ ਜਿਹੜਾ ਸਟੱਫ ਹੈ ਇਹ, ਆ ਦੇਖੋ ਜੀ ਕਿੰਨਾ ਪਿਆਰਾ ਸਟੱਫ ਹੈ ਇਹ, ਇਹਦਾ ਕੰਟਰਾਸਟ ਵੇਖੋ। ਇਹਦੇ ਨਾਲ ਵੀ ਤੁਸੀਂ ਇਹਨੂੰ ਰੈਡੀ ਕਰਾਉਣ ਦੇ ਲਈ ਲੇਸਾਂ ਵਗੈਰਾ ਲਗਾ ਸਕਦੇ ਹੋ ਜੀ। ਦੁਪੱਟਾ ਤੁਸੀਂ ਆਪਣੀ ਚੋਇਸ ਦਾ ਜਿਸ ਤਰ੍ਹਾਂ ਦੀ ਵੀ ਤੁਹਾਡੀ ਚੋਇਸ ਹੋਊਗੀ ਉਸੇ ਤਰ੍ਹਾਂ ਦਾ ਅਸੀਂ ਰੈਡੀ ਕਰਵਾ ਦਾਂਗੇ ਜੀ, ਉਹ ਤੁਹਾਡੀ ਕਸਟਮਰ ਦੀ ਆਪਣੀ ਚੋਇਸ 'ਤੇ ਆ। ਜਿਹੜਾ ਇਹਦਾ ਪ੍ਰਾਈਜ਼ ਆ, ਇਹਦਾ ਪ੍ਰਾਈਜ਼ ਵੀ 800 ਆ ਜੀ। ਹਾਂਜੀ, ਨੈਕਸਟ ਸੂਟ ਆ ਜਿਹੜਾ ਆ ਵੀ ਤੁਸੀਂ ਦੇਖੋ ਬਹੁਤ ਪਿਆਰਾ, ਥੋੜ੍ਹਾ ਜਿਹਾ ਡਾਰਕ ਕਲਰ ਦੇ ਵਿੱਚ ਆ ਜੀ ਇਹ, ਤੁਸੀਂ ਦੇਖੋ ਇਹਦਾ ਵੀ ਕੰਟਰਾਸਟ ਕਿੰਨਾ ਪਿਆਰਾ, ਇਹਦੀ ਪ੍ਰਿੰਟਿੰਗ ਦੇਖੋ ਤੁਸੀਂ ਸ਼ਰਟ ਦੀ। ਇਹਨੂੰ ਤੁਸੀਂ ਕੁੜਤੇ ਦੇ ਵਿੱਚ ਵੀ ਬਣਾ ਸਕਦੇ ਹੋ ਜੀ, ਰੈਡੀ ਕਰਵਾ ਸਕਦੇ ਹੋ, ਅਤੇ ਸਲਵਾਰ ਕਮੀਜ਼ ਵੀ ਇਹਦਾ ਰੈਡੀ ਕਰਵਾ ਸਕਦੇ ਹੋ। ਇਹ ਵੀ ਜਿਹੜਾ ਸਟੱਫ ਆ ਬਹੁਤ ਪਿਆਰਾ ਸਟੱਫ ਹੈ, ਆ ਦੇਖੋ ਜੀ ਬਹੁਤ ਸੋਹਣਾ ਸਟੱਫ ਆ, ਕੋਟਨ ਦੇ ਮਤਲਬ ਕਿ ਕੋਟਨ ਦਾ ਸਮਰ ਦੇ ਹਿਸਾਬ ਦੇ ਨਾਲ ਸਲਵਾਰ ਆ ਜਿਹੜੀ ਇਹਦੀ ਬੋਟਮ, ਇਹ ਵੀ ਬਹੁਤ ਪਿਆਰਾ ਜਿਹੜਾ ਸਟੱਫ ਹੈ ਇਹਦਾ, ਅਤੇ ਇਹਦਾ ਪ੍ਰਾਈਜ਼ ਵੀ ਜਿਹੜਾ ਰਹੂਗਾ ਜੀ ਇਹ 600 ਰਹੂਗਾ। ਇਹਦੇ ਨਾਲ ਜਿਹੜਾ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਜੀ ਉਹ ਮਤਲਬ ਕਿ ਬਹੁਤ ਪਿਆਰਾ ਲੱਗੂਗਾ, ਟਾਈ ਡਾਈ ਕਰਵਾਓਗੇ ਤੁਸੀਂ ਇੱਕ ਵੱਖਰਾ ਹੀ ਜਿਹੜਾ ਸੂਟ ਦੀ ਲੁੱਕ ਹੋ ਜਾਣੀ ਆ, ਅਤੇ ਤੁਸੀਂ ਇਹਨੂੰ ਰੈਡੀ ਉਹ ਵੀ ਤੁਸੀਂ ਇਹਦੀ ਸ਼ਰਟ ਬਣਾ ਸਕਦੇ ਹੋ, ਇਹਦਾ ਕੁੜਤਾ ਬਣਾ ਸਕਦੇ ਹੋ ਜੀ। ਇਹ ਨੈਕਸਟ ਸੂਟ ਆ ਜਿਹੜਾ ਜੀ ਇਹ ਵੀ ਬਹੁਤ ਪਿਆਰਾ ਜਿਹੜਾ ਸਟੱਫ ਆ, ਇਹਦਾ ਸਟੱਫ ਦੇਖੋ ਜੀ ਤੁਸੀਂ ਬਹੁਤ ਪਿਆਰਾ, ਇਹਦਾ ਤੁਸੀਂ ਡਿਜ਼ਾਇਨ ਵੇਖੋ ਹਲਕਾ ਡਿਜ਼ਾਇਨ ਬਣਿਆ ਹੋਇਆ ਪੂਰੇ ਉਸਦੇ ਵਿੱਚ, ਅਤੇ ਜਿਹੜੀ ਇਹਦੇ ਨਾਲ ਬੋਟਮ ਆ ਜੀ ਉਹ ਦੇਖੋ ਬਹੁਤ ਪਿਆਰੀ ਹੈ ਜੀ। ਤੁਸੀਂ ਚਾਹੋ ਤੁਸੀਂ ਇਸ ਸੂਟ ਨੂੰ ਰੈਡੀ ਕਰਵਾਉਣਾ ਤਾਂ ਤੁਸੀਂ ਅਸੀਂ ਸਟਿਚਿੰਗ ਕਰਵਾ ਕੇ ਤੁਹਾਨੂੰ ਲੇਸਾਂ ਵਗੈਰਾ ਲਗਾ ਕੇ ਦੁਪੱਟਾ ਵੀ ਉੱਦਾਂ ਦਾ ਵਧੀਆ ਨਾਲ ਰੈਡੀ ਕਰਵਾ ਕੇ ਦੇਵਾਂਗੇ ਜੀ। ਤੁਸੀਂ ਰੈਡੀ ਕਰਨ ਲਈ ਸਾਨੂੰ ਔਡਰ ਕਰ ਸਕਦੇ ਹੋ, ਸਾਡੇ ਵਟਸਐਪ ਨੰਬਰ 9496308817 'ਤੇ ਸਾਡੇ ਨਾਲ ਕੰਟੈਕਟ ਕਰੋ ਵਟਸ। ਹਾਂਜੀ, ਤੁਸੀਂ ਇਹਦਾ ਜਿਹੜਾ ਪ੍ਰਾਈਜ਼ ਰਹੂਗਾ ਜੀ ਇਹ 800 ਆ ਜੀ। ਤੁਸੀਂ ਦੁਪੱਟਾ ਜਦੋਂ ਰੈਡੀ ਕਰਵਾਉਣਾ ਲੇਸਾਂ ਵਗੈਰਾ ਲਗਾ ਕੇ ਹੈ ਨਾ, ਉਹਦੇ ਨਾਲ ਇਹਦੀ ਕੋਸਟ ਵੱਧ ਜੂਗੀ ਜੀ ਫਿਰ, ਅਤੇ ਅਦਰਵਾਈਜ਼ ਇਹਦਾ ਜਿਹੜਾ ਪ੍ਰਾਈਜ਼ ਆ ਉਹ 800 ਆ ਜੀ। ਤੁਸੀਂ ਚਾਹੋ ਤਾਂ ਤੁਸੀਂ ਸਾਨੂੰ ਔਡਰ ਕਰ ਸਕਦੇ ਹੋ ਜੀ, ਸਾਡਾ ਵਟਸਐਪ ਨੰਬਰ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਜੀ, ਇਹਦੇ 'ਤੇ ਤੁਸੀਂ ਕਾਲ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ ਸਾਨੂੰ, ਅਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ। ਅਤੇ ਜਿਹੜਾ ਸਾਡਾ ਨੈਕਸਟ ਸੂਟ ਆ ਜੀ ਇਹ ਵੀ ਬੜੀ ਅੱਛੀ ਕਲੈਕਸ਼ਨ ਆ ਜੀ, ਤੁਸੀਂ ਵੇਖੋ ਆਹ ਜਿਹੜੀ ਇਹਦੀ ਸ਼ਰਟ ਆ ਜੀ, ਅਤੇ ਇਹਦੇ ਨਾਲ ਜਿਹੜੀ ਚਿਕਨ ਵਾਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਇਹਦੀ ਬੋਟਮ ਆ ਜੀ। ਐਕਚੁਲੀ ਇਹਦੇ ਨਾਲ ਤੁਸੀਂ ਕੁੜਤਾ ਰੈਡੀ ਕਰਵਾ ਸਕਦੇ ਹੋ ਜੀ, ਇਹਦਾ ਕੀ ਆ ਪਲਾਜੋ ਬਣਾ ਸਕਦੇ ਹੋ ਤੁਸੀਂ, ਉਹ ਤੁਹਾਡੀ ਚੋਇਸ ਆ ਕੱਪੜਾ ਇਹ ਪੂਰਾ ਜੀ। ਮਤਲਬ ਕਿ ਤੁਸੀਂ ਇਹਦੀ ਤੁਸੀਂ ਚਾਹੋ ਪਲਾਜੋ ਤੁਹਾਡੀ ਚੋਇਸ ਦੇ ਮੁਤਾਬਕ ਤੁਸੀਂ ਪਲਾਜੋ ਬਣਾ ਸਕਦੇ ਹੋ, ਤੁਸੀਂ ਇਹਦੀ ਸਲਵਾਰ ਬਣਾ ਸਕਦੇ ਹੋ, ਤੁਸੀਂ ਚਿਕਨ ਵੇਖੋ ਜੀ ਜਿਸ ਤਰ੍ਹਾਂ ਅੱਜ ਆਪਾਂ ਲੇਸਾਂ ਲਗਾ ਕੇ ਅੱਜ ਕੱਲ੍ਹ ਸੈਂਟਰ ਦੇ ਵਿੱਚ ਰੱਖ ਕੇ ਕੱਪੜੇ ਦੇ ਵਿੱਚ, ਉਸ ਤਰ੍ਹਾਂ ਦੀ ਜਿਹੜੀ ਚਿਕਨ ਦਾ ਡਿਜ਼ਾਇਨ ਆ ਜੀ ਬਹੁਤ ਪਿਆਰਾ ਡਿਜ਼ਾਇਨ ਆ ਚਿਕਨ ਦਾ। ਤੁਸੀਂ ਚਾਹੋ ਤਾਂ ਇਹਦੀ ਸ਼ਰਟ ਵੀ ਰੈਡੀ ਕਰਵਾ ਸਕਦੇ ਹੋ, ਤੁਹਾਡੀ ਚੋਇਸ ਆ, ਪਰ ਜਦੋਂ ਅਸੀਂ ਇਹਨੂੰ ਰੈਡੀ ਕਰਾਂਗੇ ਬਹੁਤ ਸੋਹਣਾ ਜਿਹੜਾ ਰੈਡੀ ਹੋਊਗਾ ਜੀ, ਕਿਉਂਕਿ ਕੁਛ ਚਿਕਨ ਦਾ
ਜਿਹੜਾ ਅਸੀਂ ਇਹਦੇ ਤੋਂ ਲੈ ਕੇ ਸਟਾਫ ਹੈ ਇਹਦੇ ਤੇ ਬਹੁਤ ਅੱਛਾ ਡਿਜ਼ਾਈਨ ਰੈਡੀ ਕਰ ਸਕਦੇ ਹਾਂ। ਇਹਦੇ ਨਾਲ ਤੁਸੀਂ ਦੁਪੱਟਾ ਜਿਹੜਾ ਉਹ ਤੁਹਾਡੀ ਚੋਇਸ ਦਾ ਹੋਊਗਾ ਜੀ। ਇਹਦੇ ਨਾਲ ਵੀ ਜਿਹੜਾ ਦੁਪੱਟਾ ਬਹੁਤ ਸੋਹਣਾ ਰੈਡੀ ਹੋ ਸਕਦਾ ਕਿਉਂਕਿ ਇਹਦੇ ਹਾਂਜੀ ਕਿਉਂਕਿ ਕੁਛ ਹਲਕਾ ਸਟਾਫ ਜਿਹੜਾ ਇਹਦੇ ਨਾਲ ਲਗਾ ਕੇ ਅਸੀਂ ਪੱਲਿਆਂ ਦੇ ਉੱਪਰ ਲਗਾ ਕੇ ਕੋਈ ਇਹਦੀ ਡਿਜ਼ਾਇਨਿੰਗ ਦੁਪੱਟੇ ਦੇ ਉੱਪਰ ਬਣਾ ਸਕਦੇ ਹਾਂ ਜੀ। ਇਹਦਾ ਜਿਹੜਾ ਸੂਟ ਦਾ ਪ੍ਰਾਈਸ ਰਹੂਗਾ ਜੀ ਉਹ 1000 ਰੁਪਇਆ ਜੀ। ਇਸ ਤੋਂ ਇਲਾਵਾ ਤੁਸੀਂ ਜਿਹੜਾ ਇਹਦੇ ਨਾਲ ਦੁਪੱਟਾ ਰੈਡੀ ਕਰਾਉਣਾ ਚਾਹੋਗੇ ਵੱਖਰੇ ਵੱਖਰੇ ਦੁਪੱਟੇ ਦੇ ਨਾਲ ਜਿਹੜੀ ਕੋਸਟ ਹੈ ਜੀ ਉਹ ਅੱਪ ਹੁੰਦੀ ਜਾਊਗੀ। ਤੁਸੀਂ ਕੋਟਾ ਡੋਰੀਆ ਦਾ ਦੁਪੱਟਾ ਕਰਾਉਣੇ ਆ ਉਹਦਾ ਵੱਖਰਾ ਜੀ ਰੇਟ ਆ। ਤੁਸੀਂ ਸੁਪਰ ਨੈਟ ਦਾ ਲਾਉਣੇ ਆ, ਤੁਸੀਂ ਪਿਓਰ ਮਲਮਲ ਦਾ ਲੈਣਾ ਜਾਂ ਤੁਸੀਂ ਪਿਓਰ ਦਾ ਦੁਪੱਟਾ ਕਰਾਉਣਾ ਵੱਖਰੇ ਵੱਖਰੇ ਤੁਹਾਡੇ ਸਟਾਫ ਦੇ ਮੁਤਾਬਕ ਜਿਹੜੀ ਇਹਦੀ ਕੋਸਟ ਆ ਉਹ ਅੱਪ ਹੁੰਦੀ ਜਾਊਗੀ ਜੀ। ਨੈਕਸਟ ਸੂਟ ਆ ਜਿਹੜਾ ਇਹ ਵੀ ਬਹੁਤ ਪਿਆਰਾ ਕੰਟਰਾਸਟ ਆ ਜੀ। ਤੁਸੀਂ ਦੇਖੋ ਇਹ ਹੈਗੀ ਹੈ ਜੀ ਇਹਦੀ ਸ਼ਰਟ ਲਾਈਨਿੰਗ ਵਾਲੀ ਅਤੇ ਇਹਦੇ ਵਿੱਚ ਹਲਕਾ ਹਲਕਾ ਜਿਹੜਾ ਪ੍ਰਿੰਟਡ ਹੈ ਜੀ ਅਤੇ ਇਹਦੇ ਨਾਲ ਜਿਹੜੀ ਬੋਟਮ ਆ ਇਹਦਾ ਕੰਟਰਾਸਟ ਬਹੁਤ ਹੀ ਜਿਹੜਾ ਯੂਨੀਕ ਜਿਹਾ ਕੰਟਰਾਸਟ ਆ ਜੀ। ਸਮਰ ਦੇ ਹਿਸਾਬ ਨਾਲ ਇੱਕ ਠੰਡਾ ਜਿਹਾ ਕੰਟਰਾਸਟ ਬਣਿਆ ਹੋਇਆ ਤਾਂ ਤੁਸੀਂ ਦੇਖੋਗੇ। ਇਹ ਵੀ ਜਿਹੜਾ ਜਿਹੜਾ ਸੂਟ ਹੈ ਇਹਨੂੰ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਇਹ ਰੈਡੀ ਹੋ ਸਕਦਾ। ਇਹਦੇ ਨਾਲ ਤੁਸੀਂ ਦੁਪੱਟਾ ਆਪਣੀ ਚੋਇਸ ਦਾ ਜਿਸ ਤਰ੍ਹਾਂ ਦਾ ਵੀ ਤੁਸੀਂ ਚਾਹੋਗੇ। ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਇਹਦੇ ਉੱਪਰ ਅੱਜ ਕੱਲ੍ਹ ਜਿਹੜਾ ਥੋੜ੍ਹਾ ਫੈਸ਼ਨ ਚੱਲ ਰਿਹਾ ਸੀ ਪਹਿਲਾਂ ਸੂਟ ਰੈਡੀ ਕਰਵਾਏ ਨੇ ਇਹਦੇ ਉੱਪਰ ਆਪਾਂ ਹਲਕਾ ਜਿਹੜੀ ਬੋਟਮ ਦੇ ਉੱਪਰ ਪੇਂਟ ਕਰਵਾ ਸਕਦੇ ਹਾਂ ਜੀ। ਬੋਟਮ ਦੇ ਉੱਪਰ ਹਲਕਾ ਵਰਕ ਕਰਵਾ ਸਕਦੇ ਹਾਂ ਇਹਦੇ ਨਾਲ ਜਿਹੜਾ ਤੁਹਾਡਾ ਦੁਪੱਟਾ ਉਹ ਸੂਟ ਆ ਸੋਰੀ ਉਹ ਹੋਰ ਵੀ ਬਹੁਤ ਜ਼ਿਆਦਾ ਸੋਹਣਾ ਜਿਹੜਾ ਲੱਗੂਗਾ। ਇਹਦੀ ਕੋਸਟ ਹੈਗੀ ਜੀ 750। ਤੁਸੀਂ ਦੁਪੱਟਾ ਜਿਵੇਂ ਦਾ ਲਵੋਂਗੇ ਉਹਦੇ ਹਿਸਾਬ ਨਾਲ ਜਿਹੜੀ ਇਹਦੀ ਕੋਸਟ ਦਾ ਥੋੜ੍ਹਾ ਫਰਕ ਪੈ ਜੂਗਾ ਜੀ। ਨੈਕਸਟ ਸੂਟ ਆ ਜੀ ਇਹ ਬਜ਼ੁਰਗ ਕਹਿੰਦੇ ਹੁੰਦੇ ਨੇ ਜੀ ਕੱਪੜੇ ਨੂੰ ਫੜ ਕੇ ਵੀ ਮਲਾਈ ਵਰਗਾ। ਤੁਸੀਂ ਦੇਖੋ ਇਹਦਾ ਤੁਸੀਂ ਕਲਰ ਵੇਖ ਕੇ ਤੁਹਾਨੂੰ ਬੜੀ ਇੱਕ ਚੰਗੀ ਜਿਹੀ ਫੀਲਿੰਗ ਆਉਂਦੀ ਆ ਹੈ ਨਾ ਇਹਦਾ ਕਲਰ ਕੰਟਰਾਸਟ ਵੇਖ ਕੇ। ਅਤੇ ਇਹ ਵਾਕਈ ਮਲਾਈ ਵਰਗਾ ਕੱਪੜਾ ਜੀ, ਕੋਟਨ ਵੀ ਕਈ ਤਰ੍ਹਾਂ ਦੀ ਆਉਂਦੀ ਆ ਹੈ ਨਾ। ਤੁਸੀਂ ਦੇਖੋ ਕਿੰਨਾ ਪਿਆਰਾ ਜਿਹੜਾ ਇਹਦਾ ਕਲਰ ਕੰਟਰਾਸਟ ਆ। ਇਹਦੇ ਉੱਪਰ ਵੀ ਆਪਾਂ ਸੇਮ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਆਪਾਂ ਵਰਕ ਕਰਵਾ ਸਕਦੇ ਹਾਂ ਜਾਂ ਪੇਂਟ ਕਰਵਾ ਸਕਦੇ ਹਾਂ। ਇਹਦੀ ਬੋਟਮ ਦੇ ਉੱਪਰ ਵੀ ਆਪਾਂ ਮੂਡ ਦੇ ਉੱਪਰ ਹਲਕਾ ਹਲਕਾ ਵਰਕ ਕਰਵਾ ਕੇ ਜਿਹੜਾ ਇਹ ਸੂਟ ਆ ਇਹ ਬਹੁਤ ਪਿਆਰਾ ਬਣੂਗਾ ਜੀ। ਇਹਦੇ ਨਾਲ ਵੀ ਜਿਹੜਾ ਆਪਾਂ ਦੁਪੱਟਾ ਉਹ ਟਾਈ ਡਾਈ ਰੈਡੀ ਕਰਵਾ ਸਕਦੇ ਹਾਂ, ਲੇਸਾਂ ਲਗਾ ਕੇ ਰੈਡੀ ਕਰਵਾ ਸਕਦੇ ਹਾਂ ਜਾਂ ਹਲਕਾ ਕੱਟ ਵਰਕ ਕਰਾ ਕੇ, ਜਾਂ ਤੁਸੀਂ ਸੂਟ ਨੂੰ ਹੋਰ ਹੈਵੀ ਬਣਾਉਣਾ ਚਾਹੁੰਦੇ ਹੋ ਤਾਂ ਆਪਾਂ ਉਸ ਦੁਪੱਟੇ ਦੇ ਉੱਪਰ ਕੀ ਆ ਹਲਕਾ ਵਰਕ ਕਰਵਾ ਕੇ ਵੀ ਇਹਨੂੰ ਰੈਡੀ ਕਰਵਾ ਸਕਦੇ ਹਾਂ। ਜਿਹੜਾ ਇਹ ਸੂਟ ਆ ਜੀ ਇਹਦਾ ਪ੍ਰਾਈਜ਼ ਰਹੂਗਾ 800 ਜੀ। ਇਹ ਜਿਹੜਾ ਸੂਟ ਆ ਜਿਵੇਂ ਤੁਸੀਂ ਦੁਪੱਟਾ ਰੈਡੀ ਕਰਾਉਂਗੇ ਉਹਦੇ ਨਾਲ ਜਿਹੜੀ ਇਹਦੀ ਕੋਸਟ ਆ ਜੀ ਉਹ ਅੱਪ ਹੋ ਜੂ ਜੀ। ਤੁਸੀਂ ਦੇਖੋ ਕਿੰਨੀ ਪਿਆਰੀ ਕਲੈਕਸ਼ਨ ਆ ਜੀ, ਸਮਰ ਕਲੈਕਸ਼ਨ ਦੇਖੋ ਕਿੰਨੇ ਪਿਆਰੇ ਲੱਗ ਰਹੇ ਆ। ਕੁਛ ਕੂਲ ਕਲਰ ਆ, ਕੁਛ ਥੋੜ੍ਹੇ ਹੌਟ ਕਲਰ ਆ, ਹੈ ਨਾ, ਸਾਰੇ ਕਿੰਨੇ ਪਿਆਰਾ ਕੰਟਰਾਸਟ ਆ। ਤੁਹਾਨੂੰ ਇਹ ਸਾਡੇ ਸੂਟ ਕਿਸ ਤਰ੍ਹਾਂ ਦੇ ਲੱਗੇ ਜੀ ਪਲੀਜ਼ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਬੈੱਲ ਆਈਕਨ ਦਾ ਬਟਨ ਦਬਾਓ ਤਾਂ ਜੋ ਤੁਸੀਂ ਸਾਡੀਆਂ ਨਵੀਆਂ ਤੋਂ ਨਵੀਆਂ ਜਿਹੜੀਆਂ ਵੀਡੀਓਜ਼ ਅਸੀਂ ਪਾ ਰਹੇ ਹਾਂ ਉਹਨਾਂ ਨੂੰ ਦੇਖ ਸਕਿਓ। ਸਾਨੂੰ ਸਾਡੀਆਂ ਵੀਡੀਓਜ਼ ਨੂੰ, ਸਾਡੀ ਕਲੈਕਸ਼ਨ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਥੈਂਕ ਯੂ ਸੋ ਮੱਚ।